ਮੇਰਾ ਬੇਟਾ ਸੀ। ਹੋਰ ਰਾਤੀ ਘਰੋਂ ਜੀ 10 ਵਜੇ ਇਸ ਬੰਦੇ ਨੇ ਫੋਨ ਕੀਤਾ, ਇਸ ਮੁੰਡੇ ਨੇ, ਉਹਦੇ ਫੋਨ 'ਤੇ ਉਹ ਰੋਟੀ ਖਾਣ ਲੱਗਾ, ਰੋਟੀ ਦੀ ਬੁਰਕੀ ਵੀ ਇੱਦੀ ਪਈ ਆ ਛਾਬੇ ਦੇ ਵਿੱਚ, ਉਹਨੇ ਖਾਧੀ ਨਹੀਂ। ਮੈਂ ਉਹਨੂੰ ਰੋਕਿਆ, ਮੈਂ ਕਿਹਾ ਪੁੱਤ ਰੁਕ ਜਾ, ਕਹਿੰਦਾ ਮੰਮੀ ਮੈਂ ਹੁਣੇ ਹੀ ਆ ਗਿਆ, ਮੈਂ ਹੁਣੇ ਹੀ ਵਾਪਸ ਆ ਗਿਆ। 2:30 ਵਜੇ ਬੰਦਾ ਆਇਆ ਲੈਣ, ਕਹਿੰਦਾ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਰਾਤ ਨੂੰ, ਸਾਨੂੰ ਰਸਤੇ ਦੇ ਵਿੱਚ ਉਹ ਪੁੱਛਣ ਲੱਗ ਪਿਆ ਇਹਦੀ ਮਦਰ ਦਾ ਕੀ ਨਾਂ ਆ, ਇਹਦੀ ਫਾਦਰ ਦਾ ਕੀ ਨਾਂ ਆ। ਵੱਡੇ ਬੇਟੇ ਨੇ ਕਿਹਾ, ਕਹਿੰਦਾ ਤੁਸੀਂ ਗੱਲ ਦੱਸੋ ਕੀ ਆ, ਸਾਡਾ ਬੇਟਾ ਕਿੱਥੇ ਆ। ਉਹ ਜਦੋਂ ਉਹਨੇ ਫੋਨ ਉਹਦਾ ਫੜਿਆ ਦੇਖਿਆ ਤਾਂ ਰਾਜਾ ਹੌਸਪੀਟਲ ਵਾਲਿਆਂ ਨੇ ਦੱਸਿਆ, ਕਹਿੰਦੇ ਤੁਹਾਡੇ ਬੱਚੇ ਦੀ ਡੈੱਡ ਬੋਡੀ ਸਾਡੇ ਕੋਲ ਆਈ ਆ। ਕਿੱਦਾਂ ਹੋਈ ਸਰ, ਕੁਛ ਨਹੀਂ ਸਾਨੂੰ ਪਤਾ ਕੀ ਗੱਲ ਸੀ ਇਹਨਾਂ ਦੀ, ਕੀ ਨਹੀਂ ਸੀ, ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈਗੀ। ਸਾਡੇ ਕੋਲ ਤਾਂ ਸਿਰਫ ਉਹ ਲੈ ਕੇ ਗਿਆ, ਇਹਨੂੰ ਲੈ ਕੇ ਵੀ ਉਹੀ ਆਇਆ, ਹੌਸਪੀਟਲ ਵੀ ਉਹੀ ਲੈ ਕੇ ਆਇਆ ਇਹਨੂੰ। ਉਹੀ ਉਸ ਦਾ ਨਾਂ ਰਾਹੁਲ ਹੈ। ਨਹੀਂ ਜੀ, ਬਲਾਚੌਰ ਸ਼ਹਿਰ ਦਾ ਆ ਉਹ ਫਾਦਰ, ਉਹਦੇ ਰੇੜੀ ਲਾਉਂਦੇ। ਸਰ ਮੇਰਾ ਨਾਂ ਨਵਜੋਤ ਹੈ, ਮੇਰੇ ਬ੍ਰਦਰ ਦੀ ਡੈਥ ਹੋਈ ਆ, ਉਹਨੂੰ ਉਹਦੇ ਮੇਰੇ ਬ੍ਰਦਰ ਦਾ ਨਾਂ ਨਿਤਿਨ ਕੁਮਾਰ, ਉਮਰ 21 ਸਾਲ, ਅਤੇ ਉਹਦਾ ਦੋਸਤ ਉਹਨੂੰ ਰਾਹੁਲ ਬਲਾਚੌਰ ਤੋਂ ਜਿਹੜਾ ਉਹਨੂੰ ਘਰ ਤੋਂ ਫੋਨ ਕਰਕੇ ਬੁਲਾ ਕੇ ਲੈ ਕੇ ਗਿਆ, ਅਤੇ 1:30-2:30 ਵਜੇ ਸਾਨੂੰ ਫੋਨ ਆਉਂਦਾ ਵੀ ਤੁਹਾਡੇ ਮੁੰਡੇ ਦਾ ਐਕਸੀਡੈਂਟ ਹੋ ਗਿਆ ਆ ਰਾਜਾ ਹੌਸਪੀਟਲ। ਜਦੋਂ ਹੌਸਪੀਟਲ ਪਹੁੰਚੇ ਤਾਂ ਉਹਦੀ ਡੈਥ ਉੱਥੇ ਹੀ ਹੋ ਚੁੱਕੀ ਸੀ, ਅਤੇ ਉਹ ਮੁੰਡਾ ਇਹ ਨਹੀਂ ਰਾਤੀ ਪੁਲਿਸ ਵਾਲਿਆਂ ਨੇ ਫੜਿਆ, ਅਤੇ ਰਾਤ ਹੀ ਉਹਨੂੰ ਛੱਡਤਾ ਹੈ, ਉਹਦਾ ਨਾਂ ਰਾਹੁਲ ਆ, ਅਤੇ ਉਹੀ ਨਾਲ ਉਹੀ ਲੈ ਕੇ ਗਿਆ, ਅਤੇ ਮੌਕੇ 'ਤੇ ਵੀ ਉਹੀ ਸੀ ਜਦੋਂ ਉਹਦੀ ਡੈਥ ਹੋਈ, ਉਹਨੂੰ ਹੌਸਪੀਟਲ ਲਿਆਉਣ ਵਾਲਾ ਵੀ ਉਹੀ ਮੁੰਡਾ ਸੀ, ਉਹਦੇ ਕੋਈ ਸੱਟ ਚੋਟ ਨਹੀਂ, ਲੜਾਈ ਉਹਦੀ ਸੀਗੀ ਅਲੀਪੁਰ ਹੋਈ ਆ। ਹਾਂਜੀ, ਕਿੰਨੇ ਵਜੇ ਗਿਆ ਸੀ ਘਰ ਤੋਂ? ਅਸੀਂ ਮੰਗ ਕਰਦੇ ਹਾਂ ਜਿਹੜਾ ਲੈ ਕੇ ਗਿਆ ਉਹਨੂੰ ਸਜ਼ਾ ਦਿੱਤੀ ਜਾਵੇ, ਅਸੀਂ ਉਹਨਾਂ ਟਾਈਮ ਸੰਸਕਾਰ ਨਹੀਂ ਕਰਨਾ, ਅਸੀਂ ਸੰਸਕਾਰ ਨਹੀਂ ਕਰਨਾ ਜਿੰਨਾ ਟਾਈਮ ਉਹ ਨਹੀਂ ਸਾਫ਼ ਨਹੀਂ ਮਿਲਦਾ, ਸਾਰੇ ਚੱਕ ਬੰਨੇ ਜਾਣ। ਮੇਰਾ ਨਾਮ ਹੈ ਸੁਰਿੰਦਰਪਾਲ ਜੀ, ਪਿੰਡ ਚਣਕੋਈ। ਸਾਡੇ ਪਿੰਡ ਦਾ ਮੁੰਡਾ ਜਿਹੜਾ ਜੀ ਉਹ ਘਰ ਤੋਂ ਗਿਆ ਪਾਰਟੀ 'ਚ, ਪਾਰਟੀ ਹੋ ਕੇ ਇਹ ਮੁੰਡੇ ਨੂੰ ਉੱਥੇ ਸੱਦ ਕੇ ਸੱਦ ਲਿਆ, ਸੱਦਣ ਗਿਆ ਮੁੰਡਾ ਉੱਥੇ ਜਾ ਕੇ ਗਿਆ, ਅਤੇ ਉਹਨਾਂ ਨੇ ਵੀ ਛੱਡਣ ਗਿਆ ਦੋਸਤ ਨੂੰ ਆਪਣੇ ਨੂੰ, ਜਾਂ ਦੋਸਤ ਨੂੰ ਛੱਡਣ ਗਿਆ, ਜਾ ਕੇ ਦੇਖਿਆ ਤਾਂ ਮੂਹਰੇ ਉਹ 10-11 ਬੰਦੇ ਕਿਰਪਾਨਾਂ ਲੈ ਕੇ ਅਤੇ ਪਿਸਟਲ ਲੈ ਕੇ ਖੜ੍ਹੇ ਸੀ, ਅਤੇ ਇੱਕ ਮੁੰਡੇ ਦੇ ਬਾਂਹ 'ਚ ਗੋਲੀ ਲੱਗੀ, ਦੂਜੇ ਸਾਡੇ ਮੁੰਡੇ ਦੀ ਉੱਥੇ ਮੌਤ ਹੋ ਗਈ, ਜੋ ਉਹਦੇ ਸਿਰ 'ਚ ਪਿਛਲੇ ਬੰਨੇ ਸੱਟਾਂ ਲੱਗੀਆਂ, ਕੰਨ ਵੱਢਿਆ ਗਿਆ, ਅਤੇ ਪੂਰੇ ਸਰੀਰ 'ਚ ਉਹਦੇ ਅਤੇ ਨਿਸ਼ਾਨ ਪੂਰੇ ਵੱਢੇ ਟੁੱਟੇ, ਉਹ ਹੱਥ ਪੈਰ ਜੋ ਵੀ ਹੈ ਸਭ ਟੁੱਟਿਆ ਜੀ। ਅਤੇ ਜੇ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਫਿਰ ਤਾਂ ਪੰਜਾਬ ਦਾ ਬਹੁਤ ਬੁਰਾ ਹਾਲ ਹੈ ਜੀ। ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ, ਸਾਨੂੰ ਇਨਸਾਫ਼ ਦਵਾਇਆ ਜਾਵੇ ਜੀ, ਗਾਹਾਂ ਬਾਅਦ ਕਿਸੇ ਮਾਵਾਂ ਦੇ ਪੁੱਤ ਜਿਹੜੇ ਇੱਦਾਂ ਮਰ ਨਾ ਸਕਣ ਜੀ। ਰਾਤੀ ਸਾਨੂੰ ਤਕਰੀਬਨ 1 ਵਜੇ ਪਤਾ ਲੱਗਾ, ਮਿਤੀ 5-6 ਦੀ ਰਾਤ ਨੂੰ, ਵੀ ਅਲੀਪੁਰ ਪਿੰਡ ਆ ਕੋਈ ਉੱਥੇ ਝਗੜਾ ਹੋਇਆ, ਜਿਹਦੇ ਸੰਬੰਧ ਵਿੱਚ ਅਸੀਂ ਤੁਰੰਤ ਮੌਕੇ 'ਤੇ ਗਏ ਹਾਂ। ਮੌਕੇ 'ਤੇ ਦੇਖਿਆ ਵੀ ਉੱਥੇ ਕੋਈ ਮੁੰਡਾ ਸੀਗਾ ਸ਼ੰਮੀ ਕਪੂਰ, ਉਸ ਪਿੰਡ ਦਾ ਰਹਿਣ ਵਾਲਾ, ਉਹਦਾ ਕੋਈ ਝਗੜਾ, ਉਹਨੇ ਗੁਰਪ੍ਰੀਤ ਦੀ ਗੋਪੀ ਹੈ ਅਤੇ ਵਿਗਿਆਨੀ ਹੈ, ਉਹਦੇ ਨਾਲ 10-12 ਬੰਦੇ ਹੋਰ ਸੀਗੇ ਜਿਨ੍ਹਾਂ ਨੇ ਉਹਦੇ ਸੱਟਾਂ ਮਾਰੀਆਂ ਸੀਗੀਆਂ, ਅਤੇ ਉਹਨੂੰ ਜਿਹੜਾ ਮੁੰਡਾ ਸੀਗਾ ਜਿਹੜਾ ਸ਼ੰਮੀ ਕਪੂਰ ਸੀ ਉਹਨੂੰ ਮੁੰਡੇ ਛੱਡਣ ਵਾਸਤੇ ਆਏ ਸੀ, ਉਹਦੇ ਦੋਸਤ ਸੀਗੇ ਆਪਣੇ ਬਲਾਚੌਰ ਦੇ ਰਹਿਣ ਵਾਲੇ, ਅਤੇ ਨਿਤਿਨ ਕੁਮਾਰ ਸੀ ਨਾਂ, ਨਾਲ ਉਹਦੇ ਹੋਰ ਦੋਸਤ ਸੀ ਰਾਜ ਕੁਮਾਰ ਸੀਗਾ, ਅਤੇ ਉਹਨਾਂ ਨੇ ਨਿਤਿਨ ਕੁਮਾਰ ਨੂੰ ਵੀ ਮਤਲਬ ਕਾਫੀ ਸੱਟਾਂ ਮਾਰੀਆਂ ਸੀਗੀਆਂ, ਅਤੇ ਨਿਤਿਨ ਕੁਮਾਰ ਨੂੰ ਉਹਨਾਂ ਨੇ ਰਾਜਾ ਹੌਸਪੀਟਲ ਨਵਾਂਸ਼ਹਿਰ ਦਾਖਲ ਕਰਾਇਆ ਸੀਗਾ, ਵੀ ਜਿੱਥੇ ਉਹਦੀ ਜ਼ਿਆਦਾ ਸੱਟਾਂ ਕਾਰਨ ਕਰਕੇ ਉਸਦੀ ਮੌਤ ਹੋ ਗਈ ਸੀਗੀ। ਫਿਰ ਅਸੀਂ ਡੈੱਡ ਬੋਡੀ ਰਾਤ ਲਿਆ ਕੇ ਅਸੀਂ ਮੋਰਚਰੀ ਵਿੱਚ ਰੱਖੀ ਆ, ਹੁਣ ਉਹਨਾਂ ਦੇ ਵਾਰਸਾਂ ਦੇ ਬਿਆਨ ਲਿਖ ਕੇ ਅਤੇ ਬਾਈ ਨੇਮ ਇਹਨਾਂ ਬੰਦਿਆਂ 'ਤੇ ਪਰਚੇ ਦੇ ਰਹੇ ਹਾਂ, ਅਤੇ ਕੁਛ ਬੰਦੇ ਅਸੀਂ ਅਰੈਸਟ ਵੀ ਕਰ ਲਏ ਆ, ਅਤੇ ਕੁਛ ਨੂੰ ਕੋਸ਼ਿਸ਼ ਕਰ ਰਹੇ ਹਾਂ ਹੋਰ ਸਾਰੇ ਅਰੈਸਟ ਕੀਤੇ ਜਾਣ।
ਹਾਂਜੀ ਇਹ ਦੋਵੇਂ ਧਿਰਾਂ ਸੀਗੇ, ਇੱਕ ਪਾਸੇ ਜੀ ਵੀ ਜਿਹਦੇ ਜਿਹਦੇ ਗੋਲੀ ਲੱਗੀ ਆ ਖੱਬੇ ਗੁੱਟ ਦੇ ਉੱਤੇ, ਸ਼ੰਮੀ ਕਪੂਰ ਇੱਕ ਪਾਰਟੀ ਇਹ ਸੀਗੀ, ਜਿਹੜੀ ਝਗੜਾ ਜਿਹਦੇ ਨਾਲ ਹੋਇਆ ਉਹ ਗੁਰਪ੍ਰੀਤ ਹੈ ਗੋਪੀ, ਇਹਨਾਂ ਦੋਨਾਂ ਧਿਰਾਂ ਦਾ ਝਗੜਾ ਹੋਇਆ ਸੀ, ਇਹਨਾਂ ਦੀ ਕੋਈ ਆਪਣੀ ਪੁਰਾਣੀ ਰੰਜਿਸ਼ ਚੱਲਦੀ ਸੀ ਇਹਨਾਂ ਦੀ।